ਕਲਾਮ ਹੈ ਰਾਂਝਾ ਬਾਬਾਲਨਾਥ ਰਾਂਝਾ ਜਦੋਂ ਜੋਗ ਲੈਣ ਵਾਸਤੇ ਬਾਲਨਾਥ ਦੇ ਚਿੱਲੇ ਤੇ ਅੱਪੜ ਗਿਆ ਜੀ ਤੇ ਹੱਥ ਜੋੜ ਕੇ ਤੇ ਬਾਲਨਾਥ ਦੇ ਅੱਗੇ ਕੀ ਅਰਜ਼ ਕਰਦਾ ਹੈ حضرت ਬਾਬਾ ਜੀ ਸੈਦ ਵਾਰਿਸ ਚਰ ਰਹਿਮਤੁਲਾ ਲਿਖਦੇ ਨੇ ਮੈਂ ਆਪਣੀ ਪੰਜਾਬੀ ਭਰਾਵਾਂ ਦੀ ਖਿਦਮਤ ਵਿੱਚ ਕਲਾਮ ਪੇਸ਼ ਕਰ ਰਿਹਾ ਹਾਂ ਇਹਨੂੰ ਸੁਣ ਕੇ ਲਾਈਕ ਤੇ ਸ਼ੇਅਰ ਜਰੂਰ ਕਰਿਆ ਜੇ ਔਰ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਅਸੀਂ ਇਨਸ਼ਾਅੱਲਾ ਇਸ ਤਰ੍ਹਾਂ ਦੇ ਕਲਾਮ ਸੂਫੀਆ ਦੇ ਤੁਹਾਡੇ ਪੇਸ਼ ਕਰਦੇ ਰਿਹਾ ਮੈਂ ਖidmat ਦੇ ਵਿੱਚ ਸਰਕਾਰ ਲਿਖਦੇ ਨੇ ਜੀ ਜੀ ਆ ਸੀ ਜੋਗ ਦਿਓ ਤੇ ਕਰੋ ਕਿਰਪਾ ਕੀ ਬਾਤ ਆ ਨਾ ਸ਼ਾਬਾਹ দান ਕਰਦਿਆਂ ਢਿਲ ਨਾ ਲੋੜੀਏ ਜੀ ਸ਼ਾਬਾਸ਼ ਤੇਰੀਆਂ ਸਭ ਗੱਲਾਂ ਮਨਜ਼ੂਰ ਮੈਨੂੰ ਵਾਹ ਪਾਈ ਵਾਹ ਵਿੱਚ ਜੋਗ ਦੇ ਕਿਵੇਂ ਹੁਣ ਬੋੜੀਏ ਜੀ ਵਾਜੀ ਵਾਜੀ ਮੈਂ ਤਾਂ ਰਨ ਕਰ ਬਾਰ ਵਸਾਰ ਬੈਠਾ ਜੀ ਮੜਮੜ ਗੁਰੂ ਜੀ ਗਿਆਨ ਕੋੜੀਏ ਜੀ ਜਿਹੜਾ ਆਸ ਕਰਕੇ ਦਿੱਗਿਆਨ ਦਵਾਰੇ ਤੀਜਉ ਉਸ ਦਾ ਚਾਨ ਤੋੜੀਏ ਜੀ ਸ਼ਾਬਾਸ਼ ਸ਼ਾਬਾਸ਼ ਨਾਥਾ ਅੜਕ ਨਈ ਵਾਗਦੇ ਜੋਗ ਸਾਰੇ ਜੇ ਨਨਾਲ ਪਿਆਰ ਦੇ ਟੋਰੀਏ ਜੀ ਲਾਤਕ ਨਾ ਤੂੰ ਦੀ ਜਿਹੜਾ ਆਸ ਰੱਖੇ ਤੇ ਕਿਉਂ ਸੁਨੂ ਚਾ ਪਸੋਰੀਏ ਜੀ ਸਿੱਧਕ ਬਨ ਕੇ ਤੇ ਜਿਹੜਾ ਚਰਨ ਲੱਗੇ ਪਾਰ ਲਾਇਏ ਵਿੱਚ ਨਾ ਬੋੜੀਏ ਜੀ ਸੱਚੀ ਬਾਤ ਵਾਰਿਸ ਸ਼ਾਹ ਮੀਆਂ ਏ ਜ਼ਿੰਦਾ ਕੋਈ ਨਹੀਂ ਖੁਸ਼ ਰਹਾ ਤੇ ਮਿਹਰ ਉਸ ਤੋਂ ਨਾ ਵਛੋੜੀਏ ਜੀ ਵਾਹ ਜੀ ਵਾਹ ਕਿਦੋਂ ਰਾਜਣੇ ਬਾਲਨਾਥ ਲੱਖੀ ਸਹੀ ਹੈ ਤੇ ਮੈਨੂੰ ਜੋਗ ਦਿਓ ਤੇ ਮੇਰੇ ਤੇ ਕਿਰਪਾ ਕਰੋ ਤਾਂ ਬਾਲਨਾਥ ਗੁਰਾਂਜੇ ਨੂੰ ਕੀ ਜਵਾਬ ਦਿੰਦਾ ਹੈ ਜੀ ਹਾਂ ਸਰਕਾਰ ਲਿਖਦੇ ਨੇ ਕਿ ਘੋੜਾ ਸਬਰ ਦਾ ਜੋਗ ਦੀ ਵਾਗ ਦੇ ਕੇ ਨਫਸ ਮਾਰਨਾ ਕੰਮ ਬਹੁ ਚੰਗਿਆ ਦਾ ਅੱਡ ਜ਼ਰਾ ਤੇ ਹੁਕਮ ਫਕੀਰ ਹੋਣਾ ਓ ਇੱਕ ਕੰਮ ਹੈ ਮਾਨਵਾ ਚੰਗਿਆਂ ਦਾ ਵਾਜ ਨਹੀਂ ਵਾਜ ਵਾ ਇਸ਼ਕ ਕਰਨ ਤੇ ਤੀਗ ਦੀ ਧਾਰ ਕੱਪਣ ਏ ਕੰਮ ਨਹੀਂ ਭੁੱਖਿਆਂ ਨੰਗੇਆਂ ਦਾ ਇੱਥੇ ਥਾਂ ਨਹੀਂ ਅੜ ਬੰਗੇਆਂ ਦਾ ਇਹ ਕੰਮ ਹੈ ਸਿਰਾਂ ਤੋਂ ਲੰਗੇਆਂ ਦਾ ਤੇਥੋਂ ਜੋਗ ਕਮਾਇਆ ਨਾ ਜਾਵੇ ਸ਼ਬਦ ਜੋ ਜੋ ਤੇ ਮੀਆਂ ਫਾਇਦਾ ਕੀ ਜੋਗ ਮੰਗਿਆਂ ਦਾ ਜਿਹੜੇ ਮਰਨ ਸੋ ਫਕਰ ਥੀ ਹੋਣ ਵਾਕਫ ओ, कम ए मरण थी संगियां शौक़ु मेहर ते सिदक यकीन बाजो क्या फैदा टुकड़ियां मंगयादा ਵਾਰਸ ਸ਼ਾ ਜੋ ਇਸ਼ਕ ਦੇ ਰੰਗ ਰਤੇ ਹੋ ਕੰਡੀ ਆਪ ਹੈ ਰੰਗ ਦੇ ਰੰਗਿਆਂ ਦਾ ਬਾਲਨਾਥ ਜੀ ਦੁਰਾਨ ਜੀ ਨੂੰ ਇਹ ਆਖਿਆ ਜੀ ਕਿ ਜੋ ਕਮਾਣਾ ਕੋਈ ਡਾ ਸੌਖਾ ਕੰਮ ਨਹੀਂ ਇਹ ਸਿਰਾਂ ਤੋਂ ਲੰਗਿਆਂ ਦਾ ਕੰਮ ਹੈ ਇਹ ਮਰਦਾ ਦਾ ਕੰਮ ਹੈ ਤੇ ਹੁਣ ਰਾਜਾ ਗੋਬਾਲ ਨਾਥ ਨੂੰ ਕੀ ਆਂਦਾ ਹੈ ਜੀ ਰਾਂਜਾ ਆਖਦਾ ਯਾਰ ਦੇ ਮਿਲਣ ਮਿਲਨ ਵਾਲਾ ਸੁਸਵਲੜਾ ਰਾਨਾਥਾ ਪੱਲਿਓ ਤੇਰੇਓ ਕੁਝ ਨਹੀਂ ਖਰਚ ਹੋਣਾ ਓ ਜੁੜਾ ਮੁੰਦਰਾ ਤੇ ਚੁਟਕਾ ਸੁਹਾਣਾਥਾ ਆਣਾ ਆਣਾ ਅੰਤ ਤੱਕ ਦੁਆਖਿਆ ਮੈਂ ਮੈਂ ਤੇ ਆਖਿਆ ਕਾਲੂ ਬਲਾ ਨਾ ਥਾ ਸ਼ਾਬਾਸ਼ ਪੁੱਤਰਾ ਕਿਆ ਹੋਰ ਨਾ ਦਾ ਆਇਆ ਪੇਸ਼ ਮੇਰੇ ਆਇਆ ਪੇਸ਼ ਮੇਰੇ ਤੇ ਕੀ ਚੰਬੜੀ ਇਹ ਨਫਸ ਬਲਾ ਨਾਥਾ ਜੀ ਪਹਿਲਾ ਅਰਸ਼ ਅਜ਼ੀਮ ਤੋਂ ਪੁੱਤਰ ਤੇ ਥੱਲੇ ਭੁਇਂ ਤੇ ਮਾਰਿਆ ਚਾ ਨਾ ਥਾ ਪੱਲੇ ਪਾ ਪੰਜ ਸੀਰੀਆਂ ਸੇਰਿਆ ਟਾ ਤੇ ਦਿੱਤਾ ਦੇਸ ਤੋਂ ਬਾੜ ਕਢਾ ਨਾ ਥਾ ਟੁਰਿਆ ਵਾਂਗ ਮੁਸਾਫਰਾ ਦੇਸ ਛੱਡੇ ਨਹੀਂ ਵੇਖਣਾ ਮਲਕ ਨੂੰ ਆਨਾਥਾ ਡਿੱਗਿਆ ਹੁਣ ਤੇਰਿਆਂ ਵਿੱਚ ਕਦਮਾ ਹੇ ਤੇ ਖੈਰ ਮਿਹਰਦਾ ਝੋਲੜੀ ਵਾ ਨਾਥਾ ਕਿਆ ਬਾਤ ਹੈ ਮਾ ਸਈਦਾ ਕਰਮਾ ਵਾਲਿਆ ਫੀਰ ਨਾਮ ਯਾਰ ਦਾ ਨਾਫ ਥੀ ਸਾਫ ਨਿਕਲੇ ਜੈ ਸਿਨੇ ਉਹ ਹਵਾ ਨਾ ਥਾ ਸ਼ੁਗਲ ਹਕ ਦਾ ਵਿੱਚ ਵਜੂਦ ਕੋ ਕੇ ਦਸਵੀਂ ਦਵਾਰ ਤੇ ਦੇ ਚੜਾ ਨਾ ਥਾ ਮੇਰੀ ਆਜਜ਼ੀ ਇਜਜ਼ ਮਨਜ਼ੂਰ ਹੋਵੇ ਤੇ ਕੌਣ ਤੁਦ ਬਾਜੋਂ ਖੈਰ ਖਾਨਾ ਥਾ ਅਨਹੱਦ ਦਾਇਆਨ ਕੇ

ਫਿੱਲਾ ਦੀ ਮੰਜ਼ਲੋਂ ਲੰਘ ਅੱਗੇ ਸ਼ਾਬਾਸ਼ ਸ਼ਾਬਾਸ਼ ਕਰਾਂ ਸੈਰ ਜਾਂ ਮੁਲਕ ਵਕਾਨਾ ਥਾ ਵਾਰਸ ਦੁੱਖ ਮੁਸੀਬਤਾਂ ਦੂਰ ਹੋਵਣ फसल करे जे आप नाथ